ਉਹ ਸੜਕਾਂ ਦੇ ਉੱਪਰ ਵੱਡੇ ਵੱਡੇ ਟੋਲ ਪਲਾਜ਼ੇ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ। ਇਹ ਸੜਕਾਂ ਤੋਂ ਪੂਰੀ ਤਰ੍ਹਾਂ ਹਟਾ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਨਾਲ ਇਹ ਵੀ ਇੱਕ ਸਮੱਸਿਆ ਖੜੀ ਹੋਵੇਗੀ ਕਿ ਬਹੁਤ ਵੱਡੀ ਗਿਣਤੀ 'ਚ ਲੋਕ ਬੇਰੁਜ਼ਗਾਰ ਹੋਣਗੇ। ਪਰ ਖੈਰ, ਜੋ ਅੱਜ ਦੀ ਖਬਰ ਹੈ ਉਹ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ। ਹੁਣ ਦੇਸ਼ ਦੇ ਵਿੱਚ GPS ਰਾਹੀਂ ਟੋਲ ਵਸੂਲੀ ਦੀ ਸ਼ੁਰੂਆਤ ਹੋਵੇਗੀ, ਜਿਹੜੀ ਕਿ ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਤੇ ਹੁਣ ਫਾਸਟੈਗ ਤੋਂ ਟੋਲ ਕਲੈਕਸ਼ਨ ਦਾ ਤਰੀਕਾ ਵੀ ਉਹ ਬਦਲ ਜਾਣਾ ਹੈ, ਸਿੱਧਾ GPS ਰਾਹੀਂ ਟੋਲ ਲਿਆ ਜਾਵੇਗਾ। ਜਦੋਂ ਤੁਸੀਂ ਸੜਕ 'ਤੇ ਚੜੋਗੇ ਤਾਂ GPS ਪ੍ਰਣਾਲੀ ਰਾਹੀਂ ਤੁਹਾਡੇ ਖਾਤੇ ਦੇ ਵਿੱਚੋਂ ਟੋਲ ਬਣਦਾ ਆਪਣੇ ਆਪ ਕੱਟ ਜਾਵੇਗਾ। ਹਾਲਾਂਕਿ ਹੁਣ ਇਸ ਵਿਧੀ ਨੂੰ ਬਦਲਣ ਦਾ ਸਮਾਂ ਆ ਗਿਆ, ਕਿਉਂਕਿ ਦੇਸ਼ ਵਿੱਚ ਟੋਲ ਵਸੂਲੀ ਸਿੱਧੇ GPS ਰਾਹੀਂ ਹੋਣੀ ਹੈ। ਟੋਲ ਪਲਾਜ਼ੇ ਜਿਹੜੇ ਨੇ ਖਤਮ ਹੋ ਜਾਣਗੇ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਹੁਣਾਂ ਨੇ ਆਖਿਆ ਸੀ ਕਿ ਦੇਸ਼ ਵਿੱਚ GPS ਰਾਹੀਂ ਟੋਲ ਉਗਰਾਹੀ ਮਾਰਚ 2024 ਤੋਂ ਸ਼ੁਰੂ ਹੋ ਸਕਦੀ ਹੈ। ਇਹਦੇ ਵਿੱਚ ਅਗਲੇ ਮਹੀਨੇ ਭਾਵ ਫਰਵਰੀ ਤੋਂ ਦੇਸ਼ ਦੇ ਲਗਭਗ 10 ਸੜਕਾਂ ਰਾਜਮਾਰਗਾਂ 'ਤੇ GPS ਆਧਾਰਿਤ ਟੋਲ ਵਸੂਲੀ ਦੀ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ। ਅਤੇ ਲਾਈਵ ਮਿੰਟ ਦੀ ਖਬਰ ਦੇ ਮੁਤਾਬਕ ਇਹ ਜਾਣਕਾਰੀ ਮਿਲੀ ਹੈ। ਇਸ ਦਾ ਮਤਲਬ ਸਪਸ਼ਟ ਹੈ ਕਿ ਜਲਦੀ ਹੀ ਫਾਸਟੈਗ ਰਾਹੀਂ ਟੋਲ ਉਗਰਾਹੀ ਕਰਨਾ ਹੁਣ ਬੀਤੇ ਸਮੇਂ ਦੀ ਗੱਲ ਬਣ ਜਾਏਗੀ, ਸਿਰਫ GPS ਰਾਹੀਂ ਟੋਲ ਵਸੂਲਿਆ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਕਿ ਦੇਸ਼ 'ਚ ਇੱਕ ਨਵੀਂ GPS ਟੋਲ ਉਗਰਾਹੀ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਪਹਿਲਾ ਪ੍ਰੋਜੈਕਟ ਕੁਝ ਸੀਮਤ ਹਾਈਵੇ 'ਤੇ ਚਲਾਇਆ ਜਾਣਾ ਅਤੇ ਇਸ ਰਾਹੀਂ ਇਹ ਦੇਖਿਆ ਜਾਵੇਗਾ ਕਿ ਮਾਰਚ ਤੱਕ ਦੇਸ਼ ਭਰ ਵਿੱਚ ਇਸ ਨੂੰ ਸੁਚਾਰੂ ਢੰਗ ਨਾਲ ਅਤੇ ਬਿਨਾਂ ਕਿਸੇ ਸਮੱਸਿਆ ਦੇ ਲਾਗੂ ਕਰਨ ਲਈ ਕਿਵੇਂ ਕੰਮ ਕੀਤਾ ਜਾਵੇਗਾ। ਇਹ ਜਾਣਕਾਰੀ ਸੜਕ ਅਤੇ ਆਵਾਜਾਈ ਮੰਤਰਾਲੇ ਦੇ ਸਕੱਤਰ ਅਨੁਰਾਗ ਜੈਨ ਹੁਣਾਂ ਨੇ ਦਿੱਤੀ ਹੈ। ਨਵੀਂ ਪ੍ਰਣਾਲੀ ਰਾਹੀਂ ਰੂਟ ਰਾਹੀਂ ਟੋਲ ਵਸੂਲੀ ਕੀਤੀ ਜਾਵੇਗੀ ਅਤੇ ਇਸ ਨਾਲ ਪੱਕੇ ਟੋਲ ਪਲਾਜ਼ਿਆਂ ਦੀ ਲੋੜ ਖਤਮ ਹੋ ਜਾਵੇਗੀ। ਇਸ ਦੇ ਲਈ ਹਾਈਵੇ ਦੀ ਜੀਓ ਫੈਂਸਿੰਗ ਕੀਤੀ ਜਾਵੇਗੀ, ਜੋ ਗਲੋਬਲ ਪੋਜੀਸ਼ਨਿੰਗ ਸਿਸਟਮ ਜਾਂ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਦੁਆਰਾ ਪੂਰਾ ਕੀਤਾ ਜਾਵੇਗਾ। ਅਤੇ ਇਹ ਵੀ ਦੱਸ ਦਈਏ, ਕਿਉਂਕਿ ਆਰਟੀਫਿਸ਼ਲ ਤਕਨੀਕ AI ਤਕਨੀਕ ਜਿਹੜੀ ਹੈ ਉਹ ਵੀ ਕਾਫੀ ਵੱਡੇ ਪੱਧਰ 'ਤੇ ਲਾਗੂ ਹੋ ਚੁੱਕੀ ਹੈ। AI ਤਕਨੀਕ ਨਾਲ ਹੀ ਅੱਗੇ ਇੱਕ ਹੋਰ ਦੱਸ ਦਈਏ ਕਿ ਭਾਰਤ ਸਰਕਾਰ ਪਿਆਜ਼ਾਂ ਦੇ ਭੰਡਾਰਨ ਦੇ ਉੱਪਰ ਨਜ਼ਰ ਰੱਖਣ ਜਾ ਰਹੀ ਹੈ। ਕਈ ਵਾਰ ਕੀ ਹੁੰਦਾ ਸੀ ਕਿ ਵੱਡੀ ਤਾਦਾਦ ਦੇ ਵਿੱਚ ਪਿਆਜ਼ ਖਰਾਬ ਹੋ ਜਾਂਦਾ ਸੀ, ਜਿਸ ਦਾ ਬੜਾ ਦੇਰੀ ਨਾਲ ਜਾ ਕੇ ਪਤਾ ਲੱਗਦਾ ਸੀ, ਜਿਸ ਦੇ ਨਾਲ ਕੀ ਹੁੰਦਾ ਸੀ, ਜਾਂ ਤਾਂ ਪਿਆਜ਼ ਦੀਆਂ ਕੀਮਤਾਂ ਬਹੁਤ ਜ਼ਿਆਦਾ ਉੱਚੀਆਂ ਹੋ ਜਾਂਦੀਆਂ ਹਨ, ਅਤੇ ਜਾਂ ਫਿਰ ਜਦੋਂ ਪਿਆਜ਼ ਦੀ ਇਸ ਤਰ੍ਹਾਂ ਦੀ ਖਰਾਬੀ ਜਾਂ ਫਿਰ ਕਹਿ ਲਈਏ ਘਪਲੇਬਾਜ਼ੀ ਬਾਜ਼ਾਰ ਦੇ ਵਿੱਚ ਜਿਹੜੀ ਹੁੰਦੀ ਸੀ, ਉਸ ਦੀ ਸਹੀ ਸੂਚਨਾ ਨਹੀਂ ਸੀ ਮਿਲਦੀ। ਪਰ ਹੁਣ AI ਤਕਨੀਕ ਨਾਲ ਖਰਾਬ ਹੁੰਦੇ ਪਿਆਜ਼ 'ਤੇ ਵੀ ਨਜ਼ਰ ਰੱਖੀ ਜਾਏਗੀ। ਜਿੰਨਾ ਪਿਆਜ਼ ਖਰਾਬ ਹੋਏਗਾ ਉਹਦਾ ਹਰ ਸਮੇਂ ਡਾਟਾ ਸਰਕਾਰ ਕੋਲ ਪਹੁੰਚਦਾ ਰਹੇਗਾ ਕਿ ਕਿੰਨਾ ਸਟੋਰ ਕੀਤਾ ਹੋਇਆ ਪਿਆਜ਼ ਖਰਾਬ ਹੋ ਰਿਹਾ ਜਾਂ ਕਿੰਨਾ ਸੁਰੱਖਿਅਤ ਹੈ, ਅਤੇ ਸਰਕਾਰ ਕਿੰਨਾ ਬਾਹਰੋਂ ਮੰਗਵਾਉਣ ਲਈ ਪ੍ਰਬੰਧ ਕਰੇਗੀ ਜਾਂ ਫਿਰ ਪ੍ਰਬੰਧਾਂ ਦੀ ਲੋੜ ਨਹੀਂ। ਇਸ ਦੇ ਨਾਲ ਨਾਲ ਜਿਹੜੇ ਸਟੋਰੀਏ ਨੇ ਵੱਡੀ ਗਿਣਤੀ 'ਚ, ਉਹ ਲੋਕ ਜਿਹੜੇ ਜਾਣ ਬੁੱਝ ਕੇ ਪਿਆਜ਼ ਦੇ ਹੁੰਦੇ ਹੋਏ ਵੀ ਇਸ ਤਰ੍ਹਾਂ ਭੰਡਾਰਨ ਕਰ ਲੈਂਦੇ ਸਨ ਕਿ ਸਰਕਾਰ ਨੂੰ ਧੋਖਾ ਦੇ ਦਿੰਦੇ ਹਨ, ਅਤੇ ਇੱਕ ਟੈਕਸ ਬਚਾਉਂਦੇ ਸਨ, ਦੂਸਰਾ ਲੋਕਾਂ ਨੂੰ ਮਹਿੰਗਾ ਪਿਆਜ਼ ਉਪਲਬਧ ਕਰਾਉਂਦੇ ਸਨ, ਅਤੇ ਜਦੋਂ ਤੱਕ ਸਰਕਾਰ ਨੂੰ ਪਤਾ ਲੱਗਦਾ ਸੀ ਉਦੋਂ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੁੰਦਾ ਸੀ, ਅਤੇ ਬਾਅਦ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਗਿਰਾ ਦਿੱਤੀਆਂ ਜਾਂਦੀਆਂ ਸਨ। ਸੋ ਅਜਿਹਾ ਕੁਛ ਹੀ, ਚਾਹੇ ਉਹ ਖੰਡ ਦੇ ਮਾਮਲੇ ਹੋਣ ਜਾਂ ਭੋਜਨ ਦੀਆਂ ਹੋਰ ਵੱਖ ਵੱਖ ਤਰ੍ਹਾਂ ਦੀਆਂ ਜ਼ਰੂਰਤਾਂ ਨੇ, ਉਹਨਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ AI ਤਕਨੀਕ ਲਾਗੂ ਹੋਣ ਜਾ ਰਹੀ ਹੈ। ਜਿੱਥੇ ਇਸ ਦੇ ਨਾਲ ਕਿਹਾ ਇਹ ਵੀ ਜਾ ਰਿਹਾ ਕਿ ਲੋਕਾਂ ਨੂੰ ਵੱਡੇ ਪੱਧਰ 'ਤੇ ਇਹਦਾ ਫਾਇਦਾ ਹੋਏਗਾ, ਉਸ ਦੇ ਨਾਲ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ,
ਪਰ ਜਿਵੇਂ ਕਿਸਾਨਾਂ ਵਾਸਤੇ ਪ੍ਰਚਾਰਿਆ ਜਾ ਰਿਹਾ ਹੈ, ਵੇਖਣਾ ਇਹ ਹੋਵੇਗਾ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਦੇਵੇਗੀ। ਜੇਕਰ ਕਿਸਾਨਾਂ ਨੂੰ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਦੇਵੇਗੀ ਤਾਂ ਉਸ ਦੇ ਵਿੱਚ AI ਤਕਨੀਕ ਬਹੁਤ ਹੀ ਵਧੀਆ ਮੰਨੀ ਜਾਵੇਗੀ। ਪਰ ਜੇਕਰ ਘੱਟੋ ਘੱਟ ਸਮਰਥਨ ਮੁੱਲ ਨਹੀਂ ਦੇਣਾ, ਜੇਕਰ ਕਿਸਾਨਾਂ ਨੇ ਖੇਤ ਦੇ ਵਿੱਚ ਪੈਦਾ ਕਰ ਲਿਆ ਆਪਣੀ ਫਸਲ ਪਿਆਜ ਦੀ, ਤਾਂ ਉਸ ਤੋਂ ਬਾਅਦ 'ਚ ਸਰਕਾਰ ਉਹਨਾਂ ਤੋਂ ਉਸ ਢੰਗ ਨਾਲ ਖਰੀਦ ਲੈਂਦੀ ਹੈ, ਬਾਅਦ 'ਚ ਉੱਚੇ ਰੇਟਾਂ ਦੇ ਉੱਪਰ ਵਿਦੇਸ਼ਾਂ ਨੂੰ ਵੀ ਭੇਜ ਦਿੰਦੀ ਹੈ, ਅਤੇ ਕਿਸਾਨ ਜਿਹੜਾ ਉੱਥੇ ਦਾ ਉੱਥੇ ਰਹਿ ਗਿਆ, ਤਾਂ ਫਿਰ ਇਹ ਮਾੜਾ ਢੰਗ ਕਿਹਾ ਜਾਵੇਗਾ। ਪਰ ਜੇਕਰ ਕਿਸਾਨੀ ਨੂੰ ਫਾਇਦਾ ਹੁੰਦਾ ਹੈ, ਵਪਾਰੀਆਂ ਨੂੰ ਸਹੀ ਢੰਗ ਨਾਲ ਜਿਹੜਾ ਬਣਦਾ ਹੱਕ ਉਹ ਮਿਲਦਾ, ਫਿਰ ਇਸ ਤਕਨੀਕ ਨੂੰ GIA ਸਾਰੇ ਹੀ ਕਹਿਣਗੇ। ਪਰ ਖੈਰ, ਹੁਣ ਸਰਕਾਰ ਜੋ ਕੁਝ ਦਾਅਵੇ ਵਾਅਦੇ ਕਰ ਰਹੀ ਹੈ, ਆਉਣ ਵਾਲਾ ਸਮਾਂ ਦੱਸੇਗਾ।